ਸਤਿ ਸ੍ਰੀ ਅਕਾਲ ਜੀ, ਹੋਰ ਜੀ ਕੀ ਹਾਲ ਚਾਲ ਆ? ਉਮੀਦ ਆ ਤੁਸੀਂ ਸਾਰੇ ਠੀਕ ਹੀ ਹੋਵੋਗੇ। ਮੈਂ ਆ ਸਿੱਧੂ ਮਹਾਰਾਜ, ਤੁਸੀਂ ਦੇਖ ਰਹੇ ਹੋ ਸਿੱਧੂ ਮਹਾਰਾਜ ਯੂਟਿਊਬ ਚੈਨਲ। ਆ ਪਿੱਛੇ ਦੇਖੋ, ਆਪਾਂ ਸੋਨੀ ਇਲੈਕਟ੍ਰੋਨਿਕ ਸ਼ੋਪ ਤੇ ਖੜੇ ਹਾਂ। ਮੈਂ ਅੱਜ ਬਠਿੰਡੇ ਆਇਆ ਹਾਂ। ਤੁਸੀਂ ਪਹਿਲਾਂ ਵੀਰ ਜੀ ਨਾਲ ਆਪਣੇ ਪਹਿਲਾਂ ਬਹੁਤ ਸਾਰੇ ਬਲੌਗ ਦੇਖ ਚੁੱਕੇ ਹੋ, ਤੇ ਜਿਹੜਾ ਅੱਜ ਦਾ ਬਲੌਗ ਆਪਾਂ ਘੈਂਟ ਮਿਊਜ਼ਿਕ ਸਿਸਟਮ ਨਾਲ ਬਲੌਗ ਬਣਾਉਣੇ ਆ ਇਹ, ਤੇ ਵੀਰ ਅੰਦਰ ਨੇ, ਆਪਾਂ ਭਰਾ ਕੋਲੇ ਅੰਦਰ ਜਾਵਾਂਗੇ ਤੇ ਘੈਂਟ ਘੈਂਟ ਮਿਊਜ਼ਿਕ ਸਿਸਟਮ ਦੇਖਾਂਗੇ, ਤੇ ਨਾਲ ਨਾਲ ਰੇਟ ਨੇ ਜਿਹੜੇ ਬਾਈ ਰੇਟ ਆਪਾਂ ਨੂੰ ਕਲੀਅਰ ਕਰਦੇ ਰਹਿਣਗੇ। ਬਾਕੀ ਦੇਖਦੇ ਬਲੌਗ ਨੂੰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਕਰਨਾ ਨਾ ਭੁੱਲਿਆ ਕਰੋ। ਚਲੋ ਚੱਲਦੇ ਹਾਂ ਜੀ ਆਪਾਂ ਅੰਦਰ ਹੁਣ। ਹਾਂਜੀ ਚੱਲਦੇ ਹਾਂ ਜੀ ਆਪਾਂ ਵੀਰ ਕੋਲੇ। ਉਹ ਵੀਰ ਖੜੇ ਨੇ ਹਨਾ ਅੰਦਰ ਸ਼ੋਪ ਤੇ, ਤੇ ਇੱਧਰ ਵੀਰ ਨੇ ਭਰਾ ਨੇ ਪਹਿਲੀ ਐਂਟਰੀ ਦੇ ਸਿੱਧੂ ਮਹਾਰਾਜ ਲੋਗੋ ਲਾ ਰੱਖਿਆ, ਤੇ ਬਹੁਤ ਬਹੁਤ ਧੰਨਵਾਦ ਵੀਰ ਦਾ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋ ਠੀਕ ਹੋ? ਬਹੁਤ ਵਧੀਆ ਜੀ, ਬਹੁਤ ਬਹੁਤ ਵਧੀਆ ਵੀਰ ਜੀ। ਜਿੰਨੇ ਮੇਰੇ ਮਿੱਤਰ ਵਿਆਰ ਨੇ, ਜਿੰਨੇ ਮੇਰੇ ਵੀਰ ਭਰਾ ਨੇ ਵੀਡੀਓ ਦੇਖ ਰਹੇ ਨੇ, ਦੱਬ ਕੇ ਵੀਰ ਜੀ ਲਾਈਕ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ ਜੀ, ਸ਼ੇਅਰ ਕਰ ਦਿਓ ਜਿੰਨੇ ਮੇਰੇ ਮਿੱਤਰ ਤੁਹਾਨੂੰ, ਠੀਕ ਹੈ ਵੀਰ ਜੀ? ਲਾਈਕ, ਵਿਊ, ਸ਼ੇਅਰ ਐਂਡ ਸਬਸਕ੍ਰਾਈਬ, ਠੀਕ ਹੈ ਵੀਰੇ? ਵੀਰ ਮੇਰਾ ਸਿੱਧੂ ਵੀਰ ਸਾਹਮਣੇ ਖੜਾ, ਠੀਕ ਹੈ ਬਾਈ ਜੀ? ਸਾਰਿਆਂ ਨਾਲ ਵੱਡੀ ਕਲਾ ਹੈਗੀ ਹੈ ਦੇਖੋ ਵੀਰ ਦੀ। ਵੀਰ ਆਪਣੇ ਕੋਲ ਮਾਣ ਕਰਕੇ ਇੰਨੇ ਦੂਰੋਂ ਆਇਆ, ਟਾਈਮ ਕੱਢ ਕੇ ਆਇਆ ਹਨਾ ਜੀ, ਸਾਰਿਆਂ ਨਾਲ ਵੱਡੀ ਗੱਲ ਦੇਣ ਯੋਗ ਦੀ ਹੈ। ਤੇ ਬਾਕੀ ਸਾਰਿਆਂ ਨਾਲ ਵੱਡੀ ਗੱਲ ਬਾਈ, ਜਿੰਨੇ ਵੀ ਐਪ ਚੱਲਦੇ ਨੇ, ਇੰਸਟਾਗ੍ਰਾਮ, ਫੇਸਬੁੱਕ, ਵਟਸਐਪ, ਸਨੈਪਚੈਟ, ਦੱਬ ਕੇ ਲਾਈਕ ਐਂਡ ਸ਼ੇਅਰ ਕਰ ਦਿਓ। ਜਿਹੜਾ ਵੀਰ ਭਰਾ ਮੇਰੇ ਕੋਲ ਵੀਡੀਓ ਦੇਖ ਕੇ ਆਊ ਬਾਈ ਜੀ, ਦਿਲੋਂ ਧੰਨਵਾਦ। ਚਾਹੇ ਉਹ ਬਾਹਰੋਂ ਇੰਡੋਰ ਹੈ, ਆਊਟਡੋਰ, ਤਸੱਲੀ ਕਰਾ ਕੇ, ਚਾਹੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਬਾਈ ਜੀ ਮਾਨ ਇਟਲੀ, ਜਿੱਥੋਂ ਮਰਜ਼ੀ ਆ, ਪਿੰਡ ਤੋਂ, ਸ਼ਹਿਰ ਤੋਂ, ਬਾਹਰੋਂ, ਅੰਦਰੋਂ ਤਸੱਲੀ ਕਰਾ ਕੇ ਤੋਰਾਂਗੇ ਵੀਰ ਜੀ, ਦਿਲ ਤੋਂ। ਹੁਣ ਆਏ ਦੱਸੋ ਬਾਈ ਜੀ, ਚੱਲਦੇ ਬਲੌਗ 'ਚ ਦੱਸੋ ਕਿੰਨਾ ਕਰਤਾ ਡਿਸਕਾਊਂਟ ਵੀਰ ਜੀ? ਪੂਰਾ ਡਿਸਕਾਊਂਟ ਹੈ ਦੇਖੋ ਵੀਰ ਜੀ, 8 ਇੰਚੀ ਲਓ, 10 ਇੰਚੀ ਲਓ, 12 ਇੰਚੀ ਲਓ, 15 ਇੰਚੀ ਲਓ, ਸਾਰੇ ਆਪਣੇ ਹੋਲਸੇਲ ਦੇ ਕੰਮ ਹੈ ਵੀਰ ਜੀ। ਪਰ ਅਸੀਂ ਕਸਟਮਰ ਨੂੰ ਗੱਲ ਕਹਿੰਦੇ ਵੀਰ ਜੀ, ਨੌਨ ਬ੍ਰਾਂਡ ਤੋਂ ਬਚੋ, ਲੋਕਲ ਕੁਆਲਿਟੀ ਲਵਾਂਗੇ ਵੀਰ ਜੀ, ਤਾਂ ਕਸਟਮਰ ਆਪ ਜ਼ਿੰਮੇਵਾਰ ਹੈ। ਬ੍ਰਾਂਡ ਲਓ ਜਿਵੇਂ RDS ਬਰਨਾਲਾ, SS ਮਿੱਤੂ, BSW, ਆਲ ਅਬਾਊਟ ਪੰਜਾਬ ਦੇ ਜਿੰਨੇ ਵੀ ਨੰਬਰ 1 ਬ੍ਰਾਂਡ ਨੇ, ਕੰਪਨੀ ਦਾ ਲੋਗੋ ਲੱਗਿਆ ਲਓ ਜਿਹਦੇ 84 ਨੰਬਰ ਮੋਹਰ ਲੱਗੀ ਹੁੰਦੀ ਹੈ। ਬਾਕੀ ਬਾਜੀ 1 ਸਾਲ ਦੀ ਫੁੱਲ ਗਰੰਟੀ ਚੱਕਾਂਗੇ, GST ਪੱਕੇ ਬਿੱਲ ਤੇ ਆਪਣਾ ਵੀਰ ਜੀ ਮਾਲ ਹੈ, ਠੀਕ ਹੈ ਜੀ? ਸਪੋਜ਼ ਕਰਦੇ ਹੋ ਆਪਾਂ ਸ਼ੁਰੂ ਕਰਦੇ, ਪਹਿਲਾਂ 8 ਇੰਚੀ ਤੋਂ ਦੇਖੋ ਵੀਰ ਜੀ, 8 ਇੰਚੀ ਆਪਣਾ ਨੋਰਮਲ ਡੈੱਕ ਆ ਗਿਆ। ਇਹ 44-40 ਬਾਜੀ, 2 AC ਲੱਗੇ ਹੋਏ ਆ, ਇਹ 72 ਸਮੀ ਹੈਗਾ। ਇਹ ਆਪਾਂ ਨੂੰ ਇਕੱਲਾ ਡੈੱਕ ਵੀਰ ਜੀ ਪੈਂਦਾ 850 ਰੁਪਏ ਦਾ। ਇਹ ਆਪਾਂ ਸ਼ੁਰੂ ਕਰੀਏ, ਜੇ ਆਪਾਂ ਨੋਰਮਲ ਡੈੱਕ ਲਾ ਕੇ ਵੀ ਸਟਾਰਟ ਕਰੀਏ ਤਾਂ ਬਾਈ ਜੀ ਆਪਾਂ 1400 ਰੁਪਏ ਸੈੱਟ ਸ਼ੁਰੂ ਕਰ ਦਿੰਦੇ ਹਾਂ 8 ਇੰਚੀ ਦੇ। 8 ਇੰਚੀ 2 ਸਪੀਕਰ ਲਾ ਕੇ ਦੇਵਾਂਗੇ, ਇੱਕ ਡੈੱਕ ਲਾ ਕੇ ਆਪਾਂ 1400 ਰੁਪਏ ਸ਼ੁਰੂ ਕਰ ਦਿੰਦੇ ਹਾਂ। ਤੁਸੀਂ ਬਾਈ ਜੀ ਐਂਡ ਕੁਆਲਿਟੀ ਲੈਣੀ ਹੈ ਤਾਂ 8 ਇੰਚੀ ਸਿਰਾ ਸਪੀਕਰ ਬਾਈ ਜੀ, ਐਂਡ ਕੁਆਲਿਟੀ ਡੈੱਕ ਲਾ ਕੇ ਸਾਲ ਦੀ ਫੁੱਲ ਗਰੰਟੀ, ਚਾਹੇ ਲੋਹਾ ਜਾਲੀ ਲਾ ਲਓ ਅਤੇ ਲੋਹਾ ਜਾਲੀ ਲਾ ਕੇ ਦੇਵਾਂਗੇ। ਟਵਿੱਟਰ ਪੈਪ ਵਾਲਾ ਬਕਸਾ ਲਓ, ਟੇਪਰ ਲਓ, ਚੋਰਸ ਲਓ, ਗਲਾਈ ਲਓ, ਸਰਮੈਕਾ ਪੌਣੀ ਇੰਚੀ ਬੋਰਡ ਦਾ ਬਕਸਾ ਹੋਊ, ਸਾਰਾ ਬਕਸਾ ਆਪਣਾ ਵਾਟਰ ਪਰੂਫ ਹੈ ਵੀਰ ਜੀ। ਆਪਾਂ 2700 ਰੁਪਏ 'ਚ ਤਸੱਲੀ ਕਰਾ ਕੇ ਤੋਰਨੀ ਹੈ ਬਾਈ ਜੀ, ਠੀਕ ਹੈ ਜੀ? ਉਸ ਤੋਂ ਬਾਅਦ ਆ ਜਾਓ 10 ਇੰਚੀ ਦਾ ਬਾਈ ਜੀ, 10 ਇੰਚੀ ਦੇਖੋ ਵੀਰ ਜੀ, ਆਪਣਾ ਕੋਲ ਆ ਪੇਨ ਡੈੱਕ, ਇਹ ਅਸੀਂ ਆਪ ਖੁਦ ਤਿਆਰ ਕਰਦੇ ਹਾਂ ਬਾਈ ਜੀ, ਆ ਤੁਸੀਂ ਦੇਖ ਸਕਦੇ ਹੋ, ਇਹ ਸਾਡਾ ਖੁਦ ਦਾ ਕਰਕੇ ਤਿਆਰ ਡੈੱਕ ਹੈ ਜੀ ਵੀਡੀਓ ਦਾ, ਮਾਨ ਨਹੀਂ ਕਰਦੇ। ਇਹ 'ਚ ਬਾਜੀ 2 ਮੋਸਫਟ ਲੱਗੇ ਹੋਏ ਆ, ਸਪੋਜ ਕਰੋ ਇਹਦਾ ਇਹਦੀ ਪਲੇਟ ਵੀਰ ਜੀ ਆ ਪਈ ਆ। ਕਸਟਮਰਾਂ ਨੂੰ ਦਿਖਾਓ, ਦਰਸ਼ਕਾਂ ਨੂੰ, ਜਿੰਨੇ ਮੇਰੇ ਜਨਾਬ ਦਰਸ਼ਕ ਦੇਖ ਰਹੇ ਨੇ, ਸਾਰਿਆਂ ਨੂੰ ਦਿਖਾਓ ਆ 2 ਮੋਸਫਟ ਲੱਗੇ ਹੋਏ ਨੇ, ਮਾਨ ਨਹੀਂ ਕਰਦੇ। ਇਹੀ ਭਾਜੀ ਡੈੱਕ 12 ਇੰਚ ਨਾਲ ਦੇਈ ਜਾਂਦੇ ਨੇ, ਇਹੀ 10 ਇੰਚੀ ਨਾਲ ਦੇਈ ਜਾਂਦੇ ਜੀ, ਇਹੀ 15 ਇੰਚੀ ਨਾਲ ਦੇਈ ਜਾਂਦੇ ਜੀ। ਇਹ ਇਕੱਲੇ ਡੈੱਕ ਦਾ ਵੀਰ ਜੀ ਆਪਣਾ ਪ੍ਰਾਈਜ਼ ਪਊਗਾ ਹੋਲਸੇਲ 2050 ਰੁਪਏ ਦਾ, ਠੀਕ ਹੈ ਜੀ? ਜੇ ਆਪਾਂ ਇਹ ਭਾਜੀ 10 ਇੰਚੀ ਬਕਸੇ ਲਾ ਕੇ ਭਾਜੀ ਆਪਾਂ ਸਟਾਰਟਿੰਗ ਕਰ ਦਿੰਦੇ ਹਾਂ 3500। ਜੇ ਵਧੀਆ ਲੈਣਾ ਵੀਰ ਜੀ, ਐਂਡ ਕੁਆਲਿਟੀ ਲੈਣੀ ਵੀਰ ਜੀ, ਮਾਨ ਨਹੀਂ ਕਰਦੇ, ਤੁਹਾਨੂੰ ਦਿਖਾਉਣਾ ਜੀ। ਇਸ ਤੋਂ ਇਲਾਵਾ 10 ਇੰਚੀ ਆਉਂਦਾ ਬਾਈ ਜੀ, 10 ਇੰਚੀ ਆਪਣੇ ਕੋਲ, ਸਪੋਜ ਕਰੋ ਆਹ ਪਿਆ ਜੀ, ਇਹ 4 ਮੋਸਫਟ ਹੈ, 1, 2, 3, 4, ਇਹਦੇ ਨਾਲ 10 ਇੰਚੀ ਲਾਵਾਂਗੇ 135। ਟਵਿੱਟਰ ਪੈਪ, ਚੌਰਸ, ਗੁਲਾਈ, ਜਿੱਦਾਂ ਵੀ ਲੈਣਾ ਬਾਈ ਜੀ, 6500 ਬੰਦ ਹੈ, 5000 'ਚ ਆਪਾਂ ਐਂਡ ਕਰਾਂਗੇ, ਸਾਲ ਦੀ ਫੁੱਲ ਗਰੰਟੀ ਦੇਵਾਂਗੇ। ਜੇ ਤੁਸੀਂ ਡੈੱਕ ਲੈਣੇ ਬਾਈ ਜੀ ਆ ਸਸਤੇ ਵਾਲਾ, ਇਹ ਲਾ ਕੇ 3500, 4000 ਬਾਈ ਜੀ, ਫਿਰ ਇਹ ਕੁਆਲਿਟੀ ਦਾ, ਇਸ ਕੁਆਲਿਟੀ ਦਾ ਬਹੁਤ ਫਰਕ ਹੈ। ਜੇ ਤੁਸੀਂ ਆਵਾਜ਼ ਸੁਣੋਗੇ ਆਪਦੇ ਮੂੰਹੋਂ ਕਹੋਗੇ ਵੀ ਨਜ਼ਾਰਾ ਆ ਗਿਆ। 1 ਨੰਬਰ ਡੈੱਕ ਆ ਬਾਈ ਜੀ, ਸਾਲ ਦੀ ਫੁੱਲ ਗਰੰਟੀ ਹੈ, ਕੁਛ ਵੀ ਮੱਚਦਾ ਸੜਦਾ ਬਾਈ ਜਦੋਂ ਮਰਜ਼ੀ ਆ ਉਹ ਦੇਣਦਾਰ ਹੈ, ਠੀਕ ਹੈ ਜੀ? ਸਪੀਕਰ ਖਰਾਬ ਹੋ ਗਏ, ਸਪੀਕਰ ਨਵੇਂ ਦੇ ਦਾਂਗੇ, ਡੈੱਕ ਦੀ 1 ਸਾਲ ਦੀ ਫੁੱਲ ਸਰਵਿਸ ਹੈ ਬਾਈ ਜੀ, ਠੀਕ ਹੈ ਜੀ? ਇਸ ਤੋਂ ਇਲਾਵਾ ਬਾਈ ਜੀ 4 ਮੋਸਫਟ ਜੀ ਬਾਈ ਜੀ ਆ ਜਾਂਦਾ ਸਿੱਧੀ ਬਲੇਡ ਵਾਲਾ, ਇਹ ਬਾਈ ਜੀ ਆਪਾਂ ਸ਼ੁਰੂ ਕਰ ਦਿੰਦੇ ਹਾਂ 4500 ਰੁਪਏ 'ਚੋਂ। ਇਹ ਡੈੱਕ ਭਾਅ ਜੀ ਸਾਨੂੰ ਨੋਰਮਲ 'ਚ ਆ ਜਾਂਦੇ ਨੇ, ਇਹਦੇ ਨਾਲ ਉੱਪਰ ਆ ਭਾਅ ਜੀ, ਕਿਉਂਕਿ ਉਹ ਇਹ ਡੈੱਕ ਆ ਜਾਂਦੇ ਭਾਅ ਜੀ, ਉਹ 'ਚ ਓਰੀਜਨਲ ਕੈਂਟਰ ਦੇ AC ਲੱਗੇ ਹੁੰਦੇ ਆ, ਜਿਹੜੇ ਮੋਸਫਟ ਲੱਗੇ ਹੁੰਦੇ ਉਹ 4 ਮੋਸਫਟ ਹੈ, ਠੀਕ ਹੈ ਜੀ? ਇਹ ਹੋ ਗਿਆ ਭਾਅ ਜੀ 5000 ਚੰਡ। ਇਸ ਤੋਂ ਇਲਾਵਾ ਆਪਾਂ ਸ਼ੁਰੂ ਕਰਦੇ 8 ਮੋਸਫਟ ਵੀਰ ਜੀ, 8 ਮੋਸਫਟ ਨੂੰ ਮੈਂ ਦਿਖਾਉਣਾ ਵਗੈਰਾ, ਸਪੀਕਰ ਵੀ ਦਿਖਾਊਂਗਾ, ਸਪੋਜ ਕਰੋ ਵੀਰ ਜੀ ਮੈਂ 8 ਮੋਸਫਟ। ਇਹ ਆ ਗਿਆ ਵੀਰ ਜੀ ਆਪਣਾ 8 ਮੋਸਫਟ, ਆਹ ਦੇਖੋ ਵੀਰ ਜੀ, 1, 2, 3, 4, 5, 6, 7, 8, ਇਹ 8 ਮੋਸਫਟ ਡੈੱਕ ਹੈ ਵੀਰ ਜੀ। ਇਹ 'ਚ ਓਰੀਜਨਲ ਭਾਅ ਜੀ ਕੈਲਟਨ ਦੇ ਓਰੀਜਨਲ ਮੋਸਫਟ ਲੱਗੇ ਹੋਏ, 300 ਵਾਲਾ 1 ਮੋਸਫਟ ਲੱਗਿਆ ਹੋਇਆ। ਇਹ ਸਾਲ ਦੀ ਬਾਈ ਜੀ ਫੁੱਲ ਗਰੰਟੀ ਹੈ, ਫੁੱਲੀ ਇਹ ਵਾਟਰਪਰੂਫ ਹੈ। ਇਹ ਇਕੱਲਾ ਆਪਾਂ ਨੂੰ ਡੈੱਕ ਪਊਗਾ ਹੋਲਸੇਲ ਜਿਹੜਾ ਰੇਟ ਹੈ 3500 ਵੀਰ ਜੀ, ਠੀਕ ਹੈ ਜੀ? ਇਹ 'ਚ ਲੋਹੇ ਵਾਲੇ ਪਿਆ, ਲੋਹੇ ਵਾਲੇ ਵੀਰ ਜੀ ਆਪਣੇ ਕੋਲ ਆ ਪਏ ਨੇ, ਠੀਕ ਹੈ ਜੀ? ਇਹ ਲੋਹੇ ਵਾਲੇ ਵੀਰ ਜੀ, ਇਹਨਾਂ 'ਚ 4 ਮੋਸਫਟ ਮਿਲ ਜੂ, 8 ਮੋਸਫਟ ਮਿਲ ਜੂ। 4 ਮੋਸਫਟ ਲਓਗੇ ਆਪਾਂ ਨੂੰ ਪਊਗਾ 2800 ਰੁਪਏ ਦਾ, ਇਹ 'ਚ 8 ਮੋਸਫਟ ਲਓਗੇ
ਵਾਟਰਪ੍ਰੂਫ ਨੇ ਇਹ ਸਾਰੇ ਨਾਲ ਹਰਿਆਣਾ ਪ੍ਰੋਡਕਟ ਹੁੰਦੇ ਡਬਲ ਕੁਆਇਲ ਚ ਇਹ ਲੱਕੜ ਵਾਡੀ ਹੈ ਬਾਈ ਜੀ ਚੁਆਇਸ ਆਪਦੀ ਆਪਦੀ ਹੁੰਦੀ ਹੈ ਕਿਸੇ ਨੂੰ ਲੱਕੜ ਵਾਡੀ ਪਸੰਦ ਹੈ ਕਿਸੇ ਨੂੰ ਮੈਟਲ ਵਾਡੀ ਹੈ ਨਾ ਜੀ ਇਹ ਸਟੀਰੀਓ ਐਂਪਲੀਫਾਇਰ ਆ ਜਾਂਦੇ ਇਹ ਵੀ ਸਟੀਰੀਓ ਨੇ ਆ ਮੋਨੋ ਪੇਜ ਸਾਰੇ ਲਾਈਫ ਦੋਨਾਂ ਦੀ ਇੱਕੋ ਹੀ ਆ ਉਹਨਾਂ ਦੇ ਫੁੱਲ ਲਾਈਫ ਆ ਬਸ ਕਸਟਮਰ ਦੀ ਚੁਆਇਸ ਤੇ ਮੈਟਰ ਕਰਦਾ ਜਿਵੇਂ ਉਹਨੇ ਮੈਟਲ ਲੈਣਾ ਕਿ ਲੱਕੜਾ ਲੈਣਾ ਇਹ ਆਇਆ ਭਾਜੀ ਇਹਦਾ ਕਵਰ ਕੰਪਲੀਟ ਬਣਿਆ ਹੋਇਆ ਜਿਵੇਂ ਕਸਟਮਰ ਨੇ ਫਿਟਿੰਗ ਵਗੈਰਾ ਕਰਨੀ ਸਿੱਧਾ ਕਸਟਮਰ ਫਿਟ ਕਰਾ ਸਕਦਾ ਇਹਦੇ ਮੈਟਲ ਦੇ ਬਣਨ ਆ ਗਏ ਗਾਰੰਟੀ ਇਹਦੀ ਵੀ ਸਾਲ ਦੀ ਫੁੱਲ ਹੈ ਬਾਈ ਜੀ ਗਾਰੰਟੀ ਇਹਦੀ ਵੀ ਸਾਲ ਦੀ ਫੁੱਲ ਹੈ ਸਨੇ ਬਕਸੇ ਸਨੇ ਡੈਕ ਬਾਈ ਜੀ ਅੱਠ ਮੋਸਟਰ ਬਾਈ ਜੀ ਆਪਾਂ ਸ਼ੁਰੂ ਕਰ ਦਿੰਦੇ ਜੇ ਆਪਾਂ ਭਾਜੀ ਡੈਕ ਲੈਣੇ ਆ ਹਲਕੇ ਵਾਲੇ ਸਪੋਜ ਕਰੋ ਜਿਵੇਂ ਆਹ ਦਿਖਾਇਆ ਸੀ ਬਾਈ ਜੀ ਆਹ ਡੈਕ ਲਾ ਕੇ ਤੁਸੀਂ 12 ਇੰਚ ਸਪੀਕਰ ਲਾਓਗੇ ਆਪਾਂ ਸਟਾਰਟਿੰਗ ਕਰ ਦਾਂਗੇ 6500 ਰੁਪਏ ਜੇ ਤੁਸੀਂ ਸਪੀਕਰ ਭਾਜੀ ਵਧੀਆ ਲਵਾਉਣੇ ਆ ਡੈਕ ਵਧੀਆ ਲਵਾਉਣਾ ਜਿਵੇਂ 4 ਮੋਸਟਰ ਨੀਚੇ ਪੈ ਦਿਖਾਇਆ ਸੀ ਆਹ ਪੈ ਨੀਚੇ ਬਾਈ ਜੀ ਫਿਰ ਆਪਾਂ ਸ਼ੁਰੂ ਕਰ ਦਾਂਗੇ ਇਹ ਜੀ 7000 ਰੁਪਏ ਜੇ ਤੁਸੀਂ 8 ਮੋਸਟਰ ਲਓਗੇ 8 ਮੋਸਟਰ ਡੈਕ ਲਾ ਕੇ ਸਪੀਕਰ ਆਪਣੇ ਬਾਹਰ ਆਪਣੇ ਵੀਰ ਭਰਾਵਾਂ ਨੂੰ ਦਿਖਾਓ ਜੀ ਆ ਜਿਵੇਂ ਆਪਣਾ RDS ਬਰਨਾਲਾ ਹੋ ਗਿਆ ਜੀ ਇਹ 135 ਹੈ ਠੀਕ ਹੈ ਜੀ ਆਹ 155 ਪਿਆ ਇਹ ਵੀ ਆਪਣਾ RDS ਬਰਨਾਲਾ ਦੇਖੀ ਜੇ ਤੁਸੀਂ ਚੱਕ ਦੇਖ ਸਕਦੇ ਹੋ ਆਹ 155 ਹੈ ਜੀ ਇਹ ਆਪਾਂ ਵੀਰੇ ਦੋ ਬੂਫਰ ਲਾ ਕੇ ਟਿਊਟਰ ਪੈਪ ਵਾਲਾ ਬਕਸਾ ਲਾ ਕੇ ਲੋਹਾ ਜਾਲੀ ਵਧੀਆ ਲੰਬੀ ਤਾਰ ਵਧੀਆ ਲਾਈਟ ਲਾ ਕੇ ਬਾਈ ਤਸੱਲੀ ਕਰਾ ਕੇ ਆਪਾਂ 8000 ਤੇ ਐਂਡ ਕਰ ਦਾਂਗੇ ਜੀ ਸਾਲ ਦੀ ਫੁੱਲ ਗਾਰੰਟੀ ਦੇਵਾਂਗੇ ਬਾਈ ਜੀ ਕੁਛ ਵੀ ਹੋ ਜੀ ਠੀਕ ਹੈ ਜੀ ਮਤਲਬ ਸਾਲ ਦੇ ਵਿੱਚ ਖਰਾਬ ਹੋ ਕੇ ਨਵਾਂ ਦੇ ਦੋਗੇ ਕੁਛ ਵੀ ਦਿੱਕਤ ਆ ਗਈ ਬਾਈ ਜੀ ਸਾਲ 'ਚ ਪ੍ਰੋਬਲਮ ਆ ਗਈ ਨਵੇਂ ਵਿੱਚ ਦਿੱਕਤ ਆ ਗਈ ਭਾਜੀ ਨਵਾਂ ਪੀ ਚੇਂਜ ਕਰ ਦਾਂਗੇ ਅਦਰਵਾਈਜ਼ ਕੋਈ ਦਿੱਕਤ ਆਉਂਦੀ ਨਹੀਂ ਕਿਉਂਕਿ ਜਿਹੜੇ ਬ੍ਰਾਂਡ ਆਈਟਮ ਇਹਨਾਂ 'ਚ ਪ੍ਰੋਬਲਮ ਬਹੁਤ ਘੱਟ ਆਉਂਦੀ ਆ ਬਾਕੀ ਜੇ ਕੋਈ ਦਿੱਕਤ ਆਉਂਦੀ ਆ ਬਾਈ ਜੀ ਫੁੱਲ ਸਰਵਿਸ ਆ ਜਦੋਂ ਮਰਜ਼ੀ ਆ ਠੀਕ ਹੈ ਜੀ 12 ਮਹੀਨੇ 365 ਦਿਨ ਵਿਹਲੇ ਆ ਰਾਂਝਾ ਰਾਜੀ ਕਰਕੇ ਤੋਲਾਂਗੇ ਠੀਕ ਹੈ ਜੀ ਠੀਕ ਹੈ ਬਾਈ ਲਓ ਜੀ ਕਰ ਦਿਓ ਫਿਰ ਆਪਣੇ ਵਿਊਰਸ ਦਾ ਰਾਂਝਾ ਰਾਜੀ ਹੋਰ ਦੱਸੋ ਜੀ ਇਸ ਤੋਂ ਇਲਾਵਾ ਸ਼ੁਰੂ ਹੋ ਜਾਂਦੇ ਨੇ ਬਾਜੀ ਸਬ ਉਪਰ ਦੇ ਆਪਾਂ ਗੱਲ ਕਰਦੇ ਆ ਸਪੋਜ ਕਰੋ ਜਿਵੇਂ ਆਪਣੇ ਆ ਪੇਟੀਆਂ ਪਈਆਂ ਸਰ ਸਾਹਮਣੇ ਦੇਖੋ ਵੀਰ ਭਰਾਵਾਂ ਨੂੰ ਦਿਖਾਓ ਇਹ 12 ਇੰਚ ਜਿਵੇਂ ਸਾਦੀ ਪੇਟੀ ਪਈ ਆ ਜੀ ਇਹਦੇ 'ਚ 135 ਲੱਗੇ ਹੋਏ ਨੇ ਸਪੋਜ ਕਰੋ ਵਿੱਚ ਡੈਕ ਲੱਗਿਆ ਹੋਇਆ ਇਹ ਆਪਾਂ ਸਟਾਰਟਿੰਗ ਕਰ ਦਿੰਦੇ ਵਿੱਚ ਡੈਕ ਵਿੱਧੇ ਪੈਨ ਡਰਾਈਵ ਲੱਗੀ ਹੋਈ ਅੰਦਰ ਹੀ 1 ਸਾਲ ਦੀ ਇਹਦੀ ਫੁੱਲ ਗਾਰੰਟੀ ਹੈ ਜੀ ਇਹਦਾ ਓਨਲੀ ਰੇਟ ਹੈਗਾ ਭਾਜੀ 6500 ਰੁਪਏ ਜੇ ਆਪਾਂ ਇਹ 'ਚ 155 ਲੈਂਦੇ ਹਾਂ ਬਾਈ ਜੀ ਆਪਾਂ ਐਂਡ ਕਰ ਦਾਂਗੇ ਸਿਰਾ ਕੁਆਲਿਟੀ 9000 ਰੁਪਏ 1 ਸਾਲ ਦੀ ਫੁੱਲ ਗਾਰੰਟੀ ਹੈ ਬਾਈ ਜੀ ਨਾਰਮਲ ਸ਼ਿਵਾਜੀ ਕੌਨ 'ਚ ਬੂਫਰ ਲੱਗੇ ਹੋਏ ਨੇ ਇਹ 'ਚ ਬਲੈਕ ਕੌਨ ਵੀ ਹੈ ਸ਼ਿਵਾਜੀ ਔਰੰਜ ਕੌਨ ਵੀ ਹੈ ਮਤਲਬ 500 ਰੁਪਏ ਵਾਲੀ ਵੀ ਸਿਰਾ ਸਟਾਰਟਿੰਗ ਸ਼ੁਰੂ ਤਾਂ ਬਾਈ ਜੀ 5500 ਰੁਪਏ ਤੋਂ ਹੋ ਜਾਂਦੀ ਹੈ 300 ਦਾ ਵਾਧਾ ਪੈਂਦਾ ਆਮ ਬਕਸਿਆਂ ਨਾਲੋਂ ਸਪੋਜ ਕਰੋ ਮੰਨ ਕੇ ਚੱਲੋ ਜੀ 5000 ਦੇ ਬਕਸੇ ਆ ਤਾਂ ਭਾਜੀ 6000 'ਚ ਪੇਟੀ ਸਟਾਰਟ ਹੋ ਜਾਂਦੀ ਹੈ 6000 7000 8000 ਭਾਜੀ ਅਲੱਗ ਅਲੱਗ ਮੈਗਨਰ ਦੇ ਮੈਟਰ ਕਰਦਾ ਵੀ ਕਿੰਨੇ ਐਮ ਐਮ ਮੈਗਨਰ ਲੈਣਾ 185 ਲੈਣਾ 165 ਲੈਣਾ 175 ਹੈ ਨਾ ਜੀ ਮਨ ਮਾਨ ਨਹੀਂ ਕਰਦੇ 165 175 ਭਾਜੀ ਹੁੰਦਾ ਵੀ ਨਹੀਂ ਮੇਨ ਸਹੀ ਹੁੰਦਾ 135 ਤੇ 155 ਠੀਕ ਹੈ ਜੀ ਹੁਣ ਆ 12 ਇੰਚੀ ਪੇਟੀ ਆਪਾਂ ਇਹ 8500 ਰੁਪਏ 'ਚ ਭੈਂਡ ਕਰ ਦਾਂਗੇ ਆਹ ਸਾਬੂਫਰ ਵਾਲੀ ਪੇਟੀ ਪਈ ਆਪਣੀ ਇਹ 'ਚ ਭਾਜੀ ਇਹ ਬੂਫਰ ਲੱਗੇ ਹੋਏ ਡਿਸਪੋਜਲ ਬੂਫਰ ਨੋਨ ਬ੍ਰਾਂਡ ਇਹ ਭਾਜੀ 10000 ਤੋਂ ਪੇਟੀ ਸ਼ੁਰੂ ਹੈ ਨੋਨ ਬ੍ਰਾਂਡ ਜੇ ਆਪਾਂ ਇਹ 'ਚ ਬ੍ਰਾਂਡ ਲੈਂਦੇ ਹਾਂ ਭਾਜੀ ਆਪਾਂ 12.5000 ਚੰਡ ਕਰ ਦਾਂਗੇ 4 ਚੈਨਲ ਐਂਪਲੀਫਾਇਰ ਲਾ ਕੇ ਬਕਾਇਦਾ 2 ਬੇਸਾਂ ਲਾਵਾਂਗੇ ਬੂਆ ਜੀ ਨੂੰ ਬੂਫਰ ਦਿਖਾਓ ਆਹ ਜਿਹੜੇ ਆਪਣੇ ਬੂਫਰ ਪਏ ਨੇ ਸਾਡਾ RDS ਬਰਨਾਲਾ ਬ੍ਰਾਂਡ ਹੈ ਇਹ 'ਚ ਸਾਡੇ ਕੋਲ ਫਲੇਵਰ ਸਾਰੇ ਨੇ ਜਿਵੇਂ ਆਹ ਦੇਖੋ ਗੱਤਾ ਕੌਨ 'ਚ ਪਏ ਨੇ ਬਕਾਇਦਾ ਮੋਹਰਾ ਲੱਗੇ ਹੋਈ ਹੈ ਵਿੱਚ RDS ਬਰਨਾਲੇ ਦੀ 155 ਮੈਨਟ ਹੈ ਇਹਦੀ ਖਾਸੀਅਤ ਕੀ ਹੈ ਬਾਈ ਜੀ ਆਹ ਸਪੋਜ ਕਰੋ ਹੁਣ ਜਿਵੇਂ ਤੁਹਾਨੂੰ ਬ੍ਰਾਂਡ ਦੀ ਪਹਿਲਾਂ ਬ੍ਰਾਂਡ ਦੀ ਲੁੱਕ ਦਿਖਾਉਣਾ ਬਾਈ ਜੀ ਨੂੰ ਇਹ ਵੀਰ ਜੀ ਬ੍ਰਾਂਡ ਆ ਗਿਆ ਇਹਦਾ ਰਿੰਗ ਦੇਖੋ ਕਿੰਨਾ ਹਾਰਡ ਹੈ ਟੌਪ ਕਿੱਡੀ ਮੋਟੀ ਲੱਗੀ ਹੈ ਦੇਖੋ ਬਾਈ ਜੀ ਇਹਦਾ ਸਿਲਾਈ ਕੀਤੀ ਹੈ ਕਹਿੰਦਾ RDS ਦੀ ਮੋਹਰ ਹੈ ਇਹੀ ਲੈ ਕੇ ਜਾਓ ਬਾਈ ਜੀ RDS ਮੋਹਰ ਓਰੀਜਨਲ ਬ੍ਰਾਂਡ ਹੈ ਇਹ 'ਚ RDX ਮੋਹਰ ਲੋਕ ਕੋਲ ਕਾਪੀਆਂ ਕਾਪੀਰਾਈਟ ਬਹੁਤ ਹੋ ਜਾਣੀ ਵੀਰ ਜੀ ਕਾਪੀਰਾਈਟ ਤੋਂ ਬਚੋ ਆਹ ਦੇਖੋ ਆਹ ਗੋਲਡਨ ਮੈਗਨਟ ਹੈ ਵੀਰੇ RDS ਬਰਨਾਲਾ ਬ੍ਰਾਂਡ ਹੈ ਸਲੀਬਾਂ ਵਗੈਰਾ ਲੱਗੀਆਂ ਹੋਈਆਂ ਨੇ ਸਾਲ ਦੀ ਬਾਈ ਜੀ ਫੁੱਲ ਗਾਰੰਟੀ ਹੈ ਵਾਟਰਪ੍ਰੂਫ ਹੈ ਜਿਹਨਾਂ ਮਰਜ਼ੀ ਪਾਣੀ ਪਾਈ ਚੱਲੋ ਮਾਚਿਕਾ ਛੱਡ ਗਿਆ ਬਾਈ ਜੀ 1 ਸਾਲ ਦੀ ਫੁੱਲ ਗਾਰੰਟੀ ਹੈ 2 ਬੇਸਾਂ ਲਾ ਕੇ 4 ਚੈਨਲ ਐਂਪਲੀਫਾਇਰ ਵੀਰ ਜੀ ਆਪਣਾ ਆਪ ਆ ਇਹ 4 ਚੈਨਲ ਐਂਪਲੀਫਾਇਰ ਹੈ ਇਹ 'ਚ 3 ਬਟਨ ਵਾਲਾ ਵੀ ਹੈਗਾ ਆਪਣੇ ਕੋਲ 4 ਬਟਨ ਵਾਲਾ ਵੀ ਹੈਗਾ 12.5000 ਦੀ ਬਾਈ ਜੀ ਪੇਟੀ ਪਊਗੀ ਆ ਦਿਖਾਓ ਬਾਈ ਇਹਨੂੰ 1 2 3 4 ਬਾਈ ਜੀ ਖੋਲ ਕੇ ਦੇਖ ਕੇ ਫਿਰ ਹੀ ਲੋਕ ਤੇ 4 ਮੋਸਟਰ ਹੋਊਗੀ 12.5000 ਦੀ 6 ਚੈਨਲ ਲਾ ਕੇ ਵੀਰੇ ਆਪਾਂ 13000 'ਚ ਐਂਡ ਕਰ ਦਾਂਗੇ ਬਕਾਇਦਾ ਆਪਾਂ ਜਿਹਨੂੰ ਕਹਿੰਦੇ 12 ਮਹੀਨੇ 365 ਦਿਨ ਦੀਵਾਲੀ ਆਫਰ ਆਪਾਂ ਐਂਗਲਾ ਵੀ ਲਾ ਕੇ ਦੇਵਾਂਗੇ ਠੀਕ ਹੈ ਮਤਲਬ 365 ਦਿਨ ਦੀਵਾਲੀ ਆਫਰ ਹੀ ਚੱਲੀ ਜਾਂਦਾ ਪੂਰਾ ਆਫਰ ਆ ਬਾਈ ਜੀ 12 ਮਹੀਨੇ 365 ਦਿਨ ਦੀਵਾਲੀ ਆਫਰ ਹੈ ਗਾਹਕ ਦਾ ਰਾਂਝਾ ਰਾਜੀ ਕਰਕੇ ਤੋਰਾਂਗੇ ਦਿਲ ਖੁਸ਼ ਕਰਕੇ ਤੋਰਾਂਗੇ ਸਾਰਿਆਂ ਨਾਲ ਵੱਡੀ ਗੱਲ ਆਪਾਂ ਲੋਹੇ ਦੇ ਐਂਗਲਾ ਵੀ ਲਾ ਕੇ ਤੋਰਾਂਗੇ ਗਾਹਕ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਬਾਈ ਜੀ ਆਹ ਚੀਜ਼ ਲਾਈ ਨਹੀਂ ਠੀਕ ਹੈ ਜੀ ਸਵਿਚ ਖਿੱਚਣ ਵਾਲੀ ਲਾ ਕੇ ਦੇਵਾਂਗੇ ਅੰਕਲ ਉਂਕਲ ਲਾ ਕੇ ਸਾਲ ਦੀ ਫੁੱਲ ਗਾਰੰਟੀ ਬਾਈ ਜੀ ਆਪਾਂ 13000 ਚੰਡ ਕਰ ਦਾਂਗੇ ਬ੍ਰਾਂਡ ਜੇ ਆਪਾਂ ਨੋਨ ਬ੍ਰਾਂਡ ਬਾਈ ਜੀ ਫਿਰ ਉਹ 11.5 10000 ਭਾਜੀ ਉਹ ਡਿਸਪੋਜਲ ਬੂਫਰ ਲੱਗਣਗੇ ਮੈਂ ਤੁਹਾਨੂੰ ਦਿਖਾ ਦੇਣਾ ਆ ਜਾਓ ਆਹ ਦੇਖੋ ਇਹ ਡਿਸਪੋਜਲ ਕਰੋ ਆਹ ਡਿਸਪੋਜਲ ਬੂਫਰ ਹੈ ਵੀਰ ਜੀ ਇਹ ਆ ਗਿਆ 135 ਇਹਦੇ ਰਿੰਗ ਰੁੰਗ ਹਲਕੇ ਹੁੰਦੇ ਆ ਇਹ ਨੋਨ ਬ੍ਰਾਂਡ ਹੁੰਦੇ ਆ ਇਹਨੂੰ ਕੋਈ ਪਾਲਟੀ ਬਣਾ ਲਏ ਇਹ ਰਹਿਣੇ ਡਿਸਪੋਜਲ ਹੀ ਆ ਇਹਨੂੰ ਕਹਿੰਦੇ ਆ ਲੋਕਲ ਮੇਡ ਲੋਕਲ ਹੈਂਡਮੇਡ ਇਹਦੇ ਡਿਸਪੋਜ ਕਰੋ ਹੁਣ ਜਿਵੇਂ ਆਹ ਰਿੰਗ ਵਗੈਰਾ ਮੈਗਨਟ ਵਗੈਰਾ ਹਲਕਾ ਆਇਆ ਹੈ ਇਹ ਵੀ 155 ਬਟ ਇਹ ਹਲਕੀ ਕੁਆਲਟੀ 'ਚ ਬਣੇ ਹੋਏ ਰਿੰਗ ਦਿਖਾਓ ਬਾਈ ਇਹਨੂੰ ਇਹ ਨੋਰਮਲ ਰਿੰਗ ਆ ਜਾਂਦੇ ਆ ਠੀਕ ਹੈ ਜੀ ਇਹਦਾ ਕੋਈ ਮਾਰਕਾ ਨਹੀਂ ਹੁੰਦਾ ਠੀਕ ਹੈ ਇਹ ਜਿਹੜਾ ਮਰਜ਼ੀ ਮਾਰਕਾ ਫਿੱਟ ਕਰਕੇ ਜਿਹੜਾ ਮਰਜ਼ੀ ਲੋਗੋ ਲਾ ਦਿਓ ਉਹੀ ਬ੍ਰਾਂਡ ਬਣ ਜਾਣਾ ਇਹ ਡਿਸਪੋਜਲ ਬੂਫਰ ਹੁੰਦੇ ਆ ਤੁਸੀਂ ਦੇਖੋ ਆਹ ਡਿਸਪੋਜਲ ਤੇ ਬ੍ਰਾਂਡ 'ਚ ਕਿੰਨਾ ਫਰਕ ਹੈ ਜੀ ਬਹੁਤ ਫਰਕ ਹੈਗਾ ਫਰਕ ਜੀ ਬਾਕੀ ਇਹਨਾਂ 'ਚ
अपनी 12 इंच पेटी मान नहीं करते हो 15 इंच पेटी धर लो आप मुंह कहो भी आनंद आ गया रेडीमेड बी 15-12 इंची पेटी गल करते सब उपर 135 लड़ से 155 गाहक नू कह के पावांगे 135 देखो आ 135 है बी जी नॉन ब्रांड च आ 155 बी जी फर्क पै गया जी ठीक है जी ये डिस्पोजल बूफर है स्टार्टिंग है 11,500-10,000 तो यह नॉन ब्रांड है जो आप ब्रांड लैनी है बी 12,500 साल की फुल गरंटी जी 13,000 अपने फतेह है 6,000 ने प्रीफर ला के ठीक है जी जो आप 15 इंची की गल करिए बी जी 15 इंची आज बूफर तुम दिखाने बूफर आ देखो आ पाया आ देखो बी जी 15 इंची बूफर है यह आ गया नॉन ब्रांड आ रिंग देखो कि हल्का लगे है आ रिंग आ गया बी जी आ देखो आ देगी मिक्स हों बी जी आ रिंग देखो आ तारा स्लीबा लगे तारा भिड़के बहुत मच जाता है लोकल बूफर है 1700 का अपना बूफर पेंद जो आप जो बूफर लेने बी जी नॉन मार्के वाले बिना मार्के वाले नॉन ब्रांड लोकल हैंडमेड डिस्पोजल बूफर आप पेटी शुरू कर देंगे जो 14,500 का बी जी रेट है 13,500 पेटी देकर तोरेंगे पर बी जी नॉन मार्क है यदि बेस तो अपने जो ब्रांड जिम्मे आरडीएस बरनला तो दिखाने बी जी आरडीएस बरनला ठीक है जी जिम्मे जी BSW का बूफर पिया इस RDS बरनला SS मितू सारे मिल जाएंगे अपने को इन्हें रिंग देखो कितना हार्ड है बकायदा टॉप कि मोटी है बकायदा सिलाई की हुई है बी जी एक साल की फुल गरंटी है जी ये अपन बूफर पैंता होलसेल 2200 रुपये का बी जी 18,500 का बी जी रेट है 17,500 की अपन पेटी पैंती है बाकी गाहक का मौके से माल कर देता है एक साल की फुल गरंटी पूरा करो पूरा बी जी 9 स्पीकर ला के देवे इस चार तरह साइडा एक मूहरे है दो बेसा ने डबल टवीट डबल पाइपा लाइटा ला के एंगल ला के बी जी 6 चैनल भावें नीले वाला लै लो नीले वाले लाल वाले सारे पेने अपने कोल भाई जी ठीक है जी जेड़ा मतलब कलर पसंद हो भाई जी बकायदा एल्यूमीनियम आयरन शीट च बने ना कि देगी है इन्हें देगी पी जाते नीले च नीले वाला देगी वाला लाओगे 14,500 का जेड़ा आप 13,500 च देवे जेड़ा आह बकायदा नीले वाला भाजी ए डेक भाजी हल्के वाले देखो नॉर्मल जी मैं डेक पाया भाजी 13,500 की पेटी है भाजी आह डेक लागे आ डेक लावे भाजी नीले वाले अपने आप खुद देख तेरे डेक एक साल की बहुत फुल गरंटी चकते हैं ये 6 मोस्ट वड्डा डेक है 4 बटन है 750 ग्राम की एल्यूमीनियम आयरन सीट है 2 पेन ड्राइव लगती है मोबाइल चार्ज है मैमरी कार्ड है कॉलिंग सारा कुछ नहीं बाकी सारे ना वड्डी गल है 6 मोस्ट वड्डा 11 ट्रांजिस्टर लगे है डबल कॉइल फैन लगे है इस ठीक है जी 17,500 बी जी आप पेंट कर देंगे 15 इंची वधिया ब्रांड चला गए जे नॉन ब्रांड लाना बी जी 13,500 की पेटी पैनी अपन 15 इंच ठीक 17,500 इंच कर दो 17,500 तसली करा के तुरंगे बी जी गाहक नूं कोले बहालांगे आ गाहक मूंह कहो भी आनंद आ गया ठीक है शुद्ध एंड प्योर साउंड ठीक है बी जी ठीक है बी जी एक बार फिर गिना दिंदा जिवें 12 इंच सादी पेटी लैनी है बी जी आप 8,000 झंड कर देंगे कोई दिक्कत वाली गल नहीं बी जी सारे ना वड्डी गल हुंदी गाहक दे मान दी क्योंकि सारे ना वड्डी गल गाहक नूं क्वालिटी डीलिंग सर्विस चाहिदी हुंदी है आप दिलों देवे सारे ना गड्डी गल बी जी फीडबैक की जो तो बी जी अपने को लेके जाएंगे बी 100 बंदा जुड़नगे तो सारे ना वीड्डी गल क्वालिटी मैटर चल फीडबैक हूँ देखो 10 इंच अपने 12 इंच पेटी पी है तुम दसा भी आप 10,000 तो शुरू कर देने ब्रांड लैनी है 12,500 तो लैके 13,500 तसली करा के तोरनी है उस तो बाद बी जी आ गई पेटी अपनी खुद ही दर की है बी जी रैक्सन आ गई रैक्सन से 15 इंची 12 इंची 18 इंच सारे मिल जाएंगे जिमें हमने 12 इंच लगे अपने RDS बरनाले की ये व्हील्स वाली है वीर जी बिचे डैक लग्या है ओनली यदा भाजी सने पेटी आप डैक का रेट पैंती है 95,000 रुपये एक साल की फुल गरंटी है बी जी यदि 8 मोस्ट पर डैक लग गया एक नंबर साउंड बंद है गाहक सुनूगा आपके मुँह को भी आनंद आ गया यह पर सादी पेटी है भाजी ठीक है जी सिंपल होगी सिंपल पेटी आह सब बूफर आ के तुम दस ही दी इस बूफर लगे हुए हैं भाजी RDS बरनाले के इस मितू BSW सारे मिल जाएंगे अपने क्लासेस वगैरह के ये 2 बेसा ला के भाजी 9 स्पीकर ला के जी आप नॉन ब्रांड पेटी लेनी है 13,500 की है जे ब्रांड लेने भाई 17,500 च गाहक खुश करके तोरेंगे गाहक कोले बहालेंगे एंड क्वालिटी उस तो बाद जी अपने RDS बरनाले के बूफर लगे है देख सकते हो यह भाजी PVC कौन इन PP कौन कह देंगे अपने को गत्ता कौन लैदर कौन PP कौन तिंदा मिल जाएंगे PP कौन प्लास्टिक कौन ही कह देंगे ये वाटरप्रूफ च है दोनों वाटरप्रूफ ने 2 बेसा 9 स्पीकर ये भी 17,500 जब फरे कर देंगे जी डिस्पोजल लेनी है तो 13,500 की पेटी पेगी बी जी ठीक है जी आ 15 इंच नीचे भाई पेटी पई है ये भाजी 4 बेसा ने 16 स्पीकर है 6 साइडा से 2 बेसा मूहरे 2 सीधे थले आए गया 4 बेसा 16 स्पीकर डबल टवीटर 6 पाइपा डबल लाइटा बकायदा लोहे की एंगल ला के बी जी 8 चैनल एम्पलीफायर ला के बी 30,000 से एंड कर देंगे तो कोका क्वालिटी जो नॉन ब्रांड से ना बी जी फिर 22,000-23,000-24,000 नॉन ब्रांड का फिर फायदा भी नहीं बी जी जिमें जिमें कहें होंगे सस्ती चीज हल्की चीज रोए बार बार महंगी रोए एक बार बी पैसे लगते पर दिल खुश करके तोड़ेंगे बी जी ठीक है भीर जी ये हो गए भाजी पेटी रेट
ਹੁਣ ਤੁਹਾਨੂੰ ਆਪਾਂ ਚੈੱਕ ਕਰਾਉਂਦੇ ਹਾਂ ਆਪਣੇ ਸਾਰੇ ਆਪਣੇ ਜੀ ਆਪਣੇ ਕੋਲ ਆਲਬੋਰਡ ਸਾਰੇ ਬ੍ਰਾਂਡ ਨੇ ਆਪਣੇ ਕੋਲ ਕਾਰਾਂ ਦੇ ਸਪੀਕਰ ਹੁੰਦੇ ਆ ਬਾਸ ਟੂਬਾਂ ਨੇ ਹੋਮ ਥੀਏਟਰਸ ਨੇ ਪਲੇਅਰ ਨੇ ਨਾਲ ਨਾਲ ਕਾਰਸ ਦੇ ਮਿਊਜ਼ਿਕ ਸਿਸਟਮ ਵੀ ਹੁੰਦੇ ਕਾਰ ਦੇ ਸਾਰੇ ਜਿਵੇਂ ਸੋਨੀ ਵਗੈਰਾ ਦੇ ਕੈਨਵਡ ਪਾਇਨੀਅਰ ਸਪੀਕਰ ਵਗੈਰਾ ਜਿੰਨੇ ਵੀ ਰੋਕਵੁੱਡ ਵਗੈਰਾ ਸਾਰੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਨੇ ਬਾਕੀ ਕਾਰ ਦੇ ਸਪੀਕਰ ਜਿਵੇਂ ਜੇਬੀਸੀ ਹੈ ਕਰੈਕਰ ਵਗੈਰਾ ਸਾਰੇ ਆਲਬੋਰਡ ਸਾਰੇ ਬ੍ਰਾਂਡ ਆਪਣੇ ਕੋਲ ਹੁੰਦੇ ਨੇ ਤੇ ਅੱਜ ਮੈਂ ਇੱਧਰ ਸਬਵੂਫਰ ਪੈਣੇ ਜੇਬੀਐਲ ਦਾ ਪਿਆ ਜੀ ਇਹ ਬਾਈ 1500 ਵਾਟ ਦਾ ਬੂਫਰ ਹੈ ਜੇਬੀਐਲ ਦਾ 134 ਮੈਗਨੇਟ ਹੈ ਇਹ ਆਪਣਾ ਭਾਈ ਰੋਜ਼ ਦਾ ਰੇਟ ਹੈ ਇਹਦਾ ਰੇਟ ਭਾਜੀ ਅਪਡੇਟ ਹੁੰਦਾ ਰਹਿੰਦਾ ਜਿਵੇਂ ਅੱਜ ਦੇ ਰੇਟ ਵਿੱਚ 3400 ਬੂਫਰ ਪੈਂਦਾ ਬਟ 134 ਮੈਗਨੇਟ ਹੈ ਦੇਖੋ ਜਿਹੜਾ ਆਪਣਾ ਆਰਡੀਐਸ ਬਰਨਾਲਾ ਤੁਸੀਂ ਉਹ ਲਾ ਕੇ ਦੇਖ ਲਓਗੇ ਇਹਦੇ ਨਾਲੋਂ ਵੱਧ ਬੇਸ ਬਣਨੀ ਹੈ ਕਿਉਂਕਿ ਵੀਰ ਜੀ ਇਹ ਵੀ 2 ਇੰਚੀ ਕੋਇਲ ਦੇ ਵਿੱਚ ਦਾ ਜਿਹੜਾ ਆਪਣਾ ਆਰਡੀਐਸ ਬਰਨਾਲਾ ਉਹ 2.5 ਇੰਚੀ ਕੋਇਲ ਹੁੰਦੀ ਹੈ ਦੇਖੋ 2.5 ਇੰਚੀ ਕੋਇਲ 'ਚ ਬਣਿਆ ਹੋਇਆ ਬਾਈ ਜੀ ਜਦੋਂ ਗਾਹਕ ਦੀ ਆਵਾਜ਼ ਸੁਣਦਾ ਕੋ ਕਹਿੰਦਾ ਵੀ ਯਾਰ ਨਜ਼ਾਰਾ ਆ ਗਿਆ ਸਿਰਾ ਹੋ ਜਾਂਦਾ ਐਂਡ ਕੁਆਲਿਟੀ ਬਾਈ ਜੀ ਆਰਡੀਐਸ ਐਸਐਸ ਮਿੱਤੂ ਬੀਐਸਡਬਲਯੂ ਸਾਰੇ ਆਪਣੇ ਕੋਲ ਮਿਲ ਜਾਣਗੇ ਜਿੱਦਾਂ ਗਾਹਕ ਕਹੂਗਾ ਉਹਨੂੰ ਕੋਲੇ ਬਹਿ ਕੇ ਫਿੱਟ ਕਰਾਂਗੇ ਐਂਡ ਕੁਆਲਿਟੀ ਦੇਵਾਂਗੇ ਬਾਈ ਜੀ ਤੁਸੀਂ ਆਪ ਹੀ ਅੰਦਾਜ਼ਾ ਲਾਓ ਕਿ 14000 ਵਾਲੀ 500 ਪੇਟੀ 'ਚ ਬਾਈ ਜੀ ਕੀ ਮਿਲਣਾ ਲੋਵੈਸਟ ਕੁਆਲਿਟੀ ਲਾਉਂਗੇ ਤਾਂ ਬਾਈ ਲੋਕਲ ਮਟੀਰੀਅਲ ਬ੍ਰਾਂਡ ਲਾਉਂਗੇ ਤਾਂ ਅਲਟੀਮੇਟ ਤੁਸੀਂ ਆਪਦੇ ਮੂਹੇ ਕਹੋਗੇ ਬਾਈ ਜਦੋਂ ਨਜ਼ਾਰਾ ਆ ਗਿਆ ਕਿਉਂਕਿ ਬਾਈ ਜੀ ਜਦੋਂ ਕਸਟਮਰ ਨੇ ਦੂਰੋਂ ਮਾਣ ਕਰਕੇ ਆਉਂਦਾ ਇੱਕ ਵੀਡੀਓ ਦੇਖ ਕੇ ਆਉਂਦਾ ਸਾਰਿਆਂ ਨਾਲ ਵੱਡੀ ਗੱਲ ਇਹਨੇ ਮਾਣ ਕਰਕੇ ਸਾਰਿਆਂ ਨਾਲ ਬੈਸਟ ਮਾਣ ਨਹੀਂ ਕਰਦੇ ਵੀ ਗਾਹ ਕਿੰਨੇ ਦੂਰੋਂ ਠੰਡ 'ਚ ਚੱਲ ਕੇ ਆਉਂਦਾ ਹੈ ਨਾ ਜੀ ਗਾਹਕ ਦਾ ਮਾਣ ਬੰਦਾ ਫਰਜ਼ ਹੈ ਬਾਕੀ ਸਾਰਿਆਂ ਨਾਲ ਵੱਡੀ ਗੱਲ ਅਸੀਂ ਗਾਹਕ ਨੂੰ ਆਪਦੇ ਵੱਲੋਂ ਕੋਈ ਕਮੀ ਨਹੀਂ ਛੱਡਣ ਦੇਵਾਂਗੇ ਸਾਡੇ ਕੋਲ ਦੇਖੋ ਸ਼ਿਵਾਈ ਕੌਂਚ ਵਗੈਰਾ ਸਪੀਕਰ ਪਏ ਨੇ ਆਹ ਸਾਡੇ ਸ਼ਿਵਾਈ ਕੌਂਚ ਦੀਆਂ ਮੋਹਰਾਂ ਲੱਗੇ ਹੋਏ ਆ ਬਾਈ ਜੀ ਇਹ ਸ਼ਿਵਾਈ ਕੌਂਚ ਬੂਫਰ ਬਣਦਾ ਮੰਨ ਕੇ ਚੱਲੋ 155 ਜੇ 1300 ਦਾ ਬੂਫਰ ਆ ਬਾਈ ਜੀ ਆਪਾਂ ਤੁਹਾਨੂੰ 1250 ਬੂਫਰ ਦੇ ਦਾਂ 155 ਠੀਕ ਹੈ ਜੀ 1250 ਸ਼ਿਵਾਈ ਕੌਂਚ 155 ਬਾਈ ਜੀ ਸਾਲ ਦੀ ਫੁੱਲ ਗਾਰੰਟੀ ਦਿੰਦੇ ਅਸੀਂ ਇਹਨਾਂ ਦੀ ਮੱਚ ਗਿਆ ਸਾਡਾ ਬੂਫਰ ਨਵਾਂ ਦਿੰਦੇ ਹਾਂ ਤੁਹਾਨੂੰ ਦੱਸਿਆ ਵੀ ਆਪਾਂ 8000 ਚੰਡ ਕਰ ਦਾਂਗੇ 155 ਲਾ ਕੇ ਪਰ ਰਾਜੀ ਇਹ ਬ੍ਰਾਂਡ ਹੈ ਜੇ ਆਪਾਂ ਨੌਨ ਬ੍ਰਾਂਡ ਲੈਣੇ ਆ ਬਿਨਾਂ ਸਟicker ਮਾਰਕ ਵਾਲੇ ਬਾਈ ਜੀ ਹੋਰ 6500 5500 7500 ਮਾਨ ਨਹੀਂ ਕਰਦੇ ਜਿਵੇਂ ਜਿਵੇਂ ਰੇਟ ਆ ਭਾਜੀ ਕਿਉਂਕਿ ਅਲੱਗ ਅਲੱਗ ਪਾਰਟੀਆਂ ਦਾ ਮਾਲ ਹੈ ਵੀਰ ਜੀ ਆਪਾਂ ਖੁਦ ਹੀ ਤਿਆਰ ਕਰਦੇ ਸਾਰਾ ਪ੍ਰੋਡਕਟ ਠੀਕ ਹੈ ਜੀ ਆਰਡੀਐਸ ਤੋਂ ਲੈ ਕੇ ਮੇਨ ਆਪਣੀ ਜਿਹੜੀ ਕੰਪਨੀ ਆਪਣੀ ਆਰਡੀਐਸ ਬਰਨਾਲਾ ਹੀ ਆ ਜਿਹਦਾ ਆਪਣਾ ਮੇਨ ਫੋਕਸ ਹੈ ਆਰਡੀਐਸ ਬਰਨਾਲਾ ਸਾਡਾ ਦੇਖ ਸਕਦੇ ਹੋ ਆਪਣਾ ਆਰਡੀਐਸ ਬਰਨਾਲਾ ਬ੍ਰਾਂਡ ਹੈ ਤੇ ਬਹੁਤ ਹੀ ਵਧੀਆ ਕੁਆਲਿਟੀ ਹੈ ਬਾਈ ਜੀ ਐਂਡਲੈਸ ਕੁਆਲਿਟੀ ਹੈ ਫੁੱਲ ਵਾਟਰਪਰੂਫ ਹੈ ਜੇ ਮਰਜ਼ੀ ਪਾਣੀ ਪਾਈ ਚੱਲੋ ਪਾਣ ਪੈਪ ਲੈ ਕੇ ਦਰਸ਼ਨ ਮਾਰ ਚੱਲੋ ਬਾਈ ਫੁੱਲ ਕੋਈ ਚੱਕਰ ਨਹੀਂ ਪੈਪ ਲੈ ਕੇ ਉੱਤੇ ਖੜ ਜਾਓ ਚਾਹੇ ਕੋਈ ਦਿੱਕਤ ਵਾਲੀ ਗੱਲ ਨਹੀਂ ਭਾਈ ਭਾਈ ਪੇਟੀ ਉੱਤੇ ਖੜ ਜਾਓ ਨੱਚਣ ਲਾ ਜਾਓ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਬਾਈ ਹੁਣ ਆਪ ਪੇਟੀ ਆਪਣੇ ਕੋਲ ਬਾਹਰ ਪੀਐਸ ਪੋਜ ਕਰੋ ਤੁਹਾਨੂੰ ਚਲਾ ਕੇ ਵੀ ਦਿਖਾਵਾਂਗੇ ਵੀਰ ਜੀ ਆ ਬੂਫਰ ਲੱਗੇ ਹੋਏ ਨੇ ਜਿਹੜੇ ਪਾਣੀ ਭਰੀ ਮਾੜਾ ਕੱਪ ਚ ਲੈ ਕੇ ਹਾਂਜੀ ਵੀਰ ਜੀ ਆਪਣੋ 15 ਇੰਚੀ ਸਬਵੂਫਰ ਪੇਟੀ ਵਾਲੇ ਪਾਣੀ ਵਾਟਰਪਰੂਫ ਕਹਿੰਦੇ ਹਨ ਵੀ ਪਾਣੀ ਡੋਲ ਕੇ ਦਿਖਾਉਣਗੇ ਹੁਣੇ ਜੇ ਮਰਜ਼ੀ ਪਾਣੀ ਪਾਈ ਚੱਲੇ ਬਾਈ ਜੀ ਬ੍ਰਾਂਡ ਨੇ ਚਲੋ ਜੀ ਪਾ ਕੇ ਦਿਖਾਓ ਜੀ ਪਾਣੀ ਬੀਐਸਡਬਲਯੂ ਲੱਗਿਆ ਲੋ ਜੀ ਹਾਂਜੀ ਆਪਾਂ ਚੈੱਕ ਕਰਕੇ ਦੇਖਿਆ ਹਨਾ ਪਾਣੀ ਬਿਲਕੁਲ ਨਹੀਂ ਪਿਆ ਹੈਗਾ ਵੀਰ ਜੀ ਪੂਰਾ ਵਾਟਰਪਰੂਫ ਕਿਉਂਕਿ ਵੀਰ ਜੀ ਆਪਣੇ ਸਾਰੇ ਸਟਿੱਕਰਾਂ ਤੋਂ ਲੈ ਕੇ ਭਾਈ ਸਭ ਉੱਪਰ ਸਾਰੇ ਵਾਟਰਪਰੂਫ ਹੁੰਦੇ ਆ ਭਾਜੀ ਜੇ ਕਹਿੰਦੇ ਆ ਤਾਂ ਭਾਜੀ ਕਰਕੇ ਹੀ ਦਿਖਾਉਂਦੇ ਆ ਕਿਉਂਕਿ ਸਾਰਾ ਆਪਣੇ ਕੋਲ ਬ੍ਰਾਂਡ ਹੈ ਤੁਸੀਂ ਨੌਨ ਬ੍ਰਾਂਡ ਲਾਓਗੇ ਅਸੀਂ ਉਹਦਾ ਰਿਸਕ ਨਹੀਂ ਲੈਂਦੇ ਕਿਉਂਕਿ ਉਹ ਨੌਨ ਵਾਟਰਪਰੂਫ ਹੁੰਦੇ ਆ ਉਹਨੂੰ ਕਹਿ ਕੇ ਜੋ ਮਰਜ਼ੀ ਦੇ ਦਿਓ ਬਟ ਨੌਨ ਬ੍ਰਾਂਡ ਵੀ ਲੈਣੇ ਆ ਸਪੋਜ ਕਰੋ ਜੇ ਮੈਂ ਬੂਫਰ ਲੱਗੇ ਹੋਏ ਨੇ ਇਹ 2.5 ਇੰਚੀ ਦੀ ਕੁਆਇਲ ਹੈ ਵੀਰੇ 155 ਮੈਗਨੇਟ ਹੈ 15 ਇੰਚੀ ਭਾਜੀ 2 ਬੇਸਾਂ 4 ਬੇਸਾਂ ਨੇ 16 ਸਪੀਕਰ ਹੈ ਭਾਜੀ ਇਹ 15 ਇੰਚੀ ਬੇਸ ਹੈ ਵੀਰ ਜੀ ਇਹਨੂੰ 16 ਇੰਚੀ 17 ਇੰਚੀ 18 ਇੰਚੀ ਕਹਿ ਕੇ ਵੇਚੀ ਜਾਂਦੇ 15 ਇੰਚੀ ਦਾ ਹੀ ਰਹਿਣਾ 155 ਮੈਗਨੇਟ ਹੈ 185 ਹੀ ਮਿਲ ਜੂਗਾ ਪਰ ਕਹਿ ਕੇ ਦੇਵਾਂਗੇ 185 ਤੁਸੀਂ ਲੈਣਾ 3 ਬੇਸਾਂ ਨੇ ਵੀਰ ਜੀ 16 ਸਪੀਕਰ ਨੇ ਆਪਾਂ ਨੂੰ ਪੇਟੀ ਪੈਂਦੇ ਵੀਰ ਮੇਰਾ 26000 ਰੁਪਏ ਦੀ 1 ਸਾਲ ਦੀ ਫੁੱਲ ਗਰੰਟੀ ਬਾਈ ਜੀ ਮੱਚ ਗਿਆ ਸੜ ਗਿਆ ਸਾਡਾ ਬਾਈ ਜੀ ਆਹ ਦੇਖੋ ਐਂਗਲ ਉਂਗਲ ਲਾ ਕੇ ਦਿੰਦੇ ਭਾਜੀ ਨਟਾਂ ਤੋਂ ਲੈ ਕੇ ਸਾਡੀ ਕੱਲੇ ਕੱਲੇ ਜੀ ਤੇ ਮੋਹਰ ਲੱਗੀ ਹੋਊਗੀ ਸੋਨੀ ਠੀਕ ਹੈ ਵੀਰ ਜੀ ਇਸ ਤੋਂ ਇਲਾਵਾ ਸਪੋਜ ਕਰੋ ਜਿਹੜਾ ਆਪਾਂ ਸਪੀਕਰ ਹੈ ਵੀਰ ਜੀ ਤੁਸੀਂ ਪੇਟੀ ਦੇਖ ਲਈ ਆਪਣੀ ਸਾਰੇ ਪੇਟੀਆਂ ਵਾਟਰਪਰੂਫ ਨੇ ਤਾਂ ਤੁਸੀਂ 12 ਇੰਚੀ ਲਓ 12 ਇੰਚੀ ਸਬ ਫਰਾਈ ਲਓ 15 ਇੰਚੀ ਸਾਦੀ ਲਓ ਸਬ ਫਰਾਈ ਲਓ 18 ਇੰਚੀ ਲਓ ਸਾਰੇ ਪੇਟੀਆਂ ਆਪਣੇ ਵਾਟਰਪਰੂਫ ਹੀ ਹੁੰਦੀਆਂ ਨੇ ਸਪੋਜ ਕਰੋ ਜਿਹੜਾ ਸਪੀਕਰ ਹੈ ਵੀਰ ਜੀ ਇਹ ਨੌਨ ਵਾਟਰਪਰੂਫ ਹੈ ਇਹ ਵੀਰ ਜੀ ਨੋਰਮਲ ਲੋਕਲ ਮਾਰਕੀਟ ਵਾਲਾ ਸਪੀਕਰ ਹੈ ਇਹ ਆਪਾਂ ਸ਼ੁਰੂ ਕਰ ਦਿੰਦੇ 150 ਰੁਪਏ ਤੋਂ ਠੀਕ ਹੈ ਜੀ ਇਹ ਤੋਂ ਸਿਰਫ 150 ਤੋਂ ਓਨਲੀ 150 ਵੀਰ ਜੀ ਮੈਂ ਆ ਦੇਖੋ ਆ ਨੋਰਮਲ ਸਪੀਕਰ 100 ਰੁਪਏ ਦਾ ਇਹ ਦੇਖੀ ਵੀਰ ਹਲਕੇ ਲੱਗੇ ਹੁੰਦੇ ਬਈ ਹਲਕੇ ਸਪੀਕਰ ਪਾਵਾਂਗੇ ਰੇਟ ਘਟ ਜੂਗਾ ਇਹ ਨੌਨ ਬ੍ਰਾਂਡ ਹੈ ਇਹਦਾ ਕੋਈ ਮਾਰਕਾ ਨਹੀਂ ਇਹਨੂੰ ਜਿਹੜਾ ਮਰਜ਼ੀ ਮਾਰਕਾ ਕਹਿ ਕੇ ਵੇਚ ਦੋ ਨੌਨ ਬ੍ਰਾਂਡ ਹੀ ਰਹਿਣਾ ਜੇ ਬ੍ਰਾਂਡ ਲੈਣਾ ਵੀਰ ਜਿਵੇਂ ਮੈਂ ਸਪੋਜ਼ ਕਰਦੇ ਜਿਵੇਂ ਪਹਿਲਾਂ ਆਪਾਂ ਆਰਡੀਐਸ ਦੀ ਗੱਲ ਕਰਾਂਗੇ ਆਪਣਾ ਆਰਡੀਐਸ ਸਪੀਕਰ ਆ ਗਏ ਤੁਸੀਂ ਤੁਹਾਨੂੰ ਸਪੀਕਰ ਦਿਖਾ ਲਓ ਵੀਰ ਜੀ ਆਰਡੀਐਸ ਬਰਨਾਲੇ ਦੇ 1 ਸਾਲ ਦੀ ਬਾਈ ਜੀ ਫੁੱਲ ਗਰੰਟੀ ਹੈ ਤੁਸੀਂ ਦੇਖੋ ਦੋਨਾਂ ਦਾ ਫਰਕ ਕਿੰਨਾ ਇਹਦਾ ਰਿੰਗ ਦੇਖੋ ਵੀਰ ਜੀ ਰਿੰਗ ਕਿੰਨਾ ਹਾਰਡ ਲੱਗਿਆ ਠੀਕ ਹੈ ਜੀ ਬਕਾਇਦਾ ਪੀਵੀਸੀ ਕੌਣ ਹੈ ਸਾਰੀ ਇਹ ਬਕਾਇਦਾ ਸਟੀਲ ਮੈਗਨੇਟ ਹੈ ਇਹਦੇ ਚਮਕ ਪਊਗੀ ਸਾਰੇ ਪੱਤੇ ਤੇ ਲੈਟ ਪੈਂਦੀ ਹੈ ਬਕਾਇਦਾ ਆਰਡੀਐਸ ਦੀ ਮੋਹਰ ਹੈ ਦੋਨੋਂ ਸਪੀਕਰ ਤੁਸੀਂ ਚੱਕੋਗੇ ਵੀਰ ਜੀ ਜ਼ਮੀਨ ਆਸਮਾਨ ਦਾ ਫਰਕ ਪੈਂਦਾ ਬਹੁਤ ਹੈਵੀ ਸਪੀਕਰ ਆ ਬਾਜੀ ਆਰਡੀਐਸ ਬਰਨਾਲਾ ਪੂਰੇ ਹੈਵੀ ਇੱਕ ਪਾਸੇ ਆਰਡੀਐਸ ਇੱਕ ਪਾਸੇ ਨੌਨ ਬ੍ਰਾਂਡ ਆਰਡੀਐਸ ਬਰਨਾਲਾ ਐਸਐਸ ਮਿੱਤੂ ਬੀਐਸਡਬਲਯੂ ਸਾਰੇ ਮਿਲ ਜਾਣਗੇ ਦੇਖੋ ਵੀਰ ਜੀ ਆਹ ਆਪਣਾ ਆ ਗਿਆ ਐਸਐਸ ਆ ਐਸਐਸ ਹੋ ਗਿਆ ਆਰਡੀਐਸ ਹੋ ਗਿਆ ਬੀਐਸਡਬਲਯੂ ਹੋ ਗਿਆ ਸਾਰੇ ਬ੍ਰਾਂਡ ਆਪਣੇ ਕੋਲ ਮਿੱਤੂ ਵਗੈਰਾ ਸਾਰੇ ਬ੍ਰਾਂਡ ਮਿਲਣਗੇ ਇਹ ਸਾਰੇ ਭਾਜੀ ਕੰਪਨੀ ਦੇ ਪੰਜਾਬ ਦੇ ਟੌਪ ਦੇ ਨੰਬਰ 1 ਬ੍ਰਾਂਡ ਨੇ ਠੀਕ ਹੈ ਜੀ ਜਿਹੜਾ ਲੋਕ
ਸਾਂਝਾ ਰਾਜੀ ਕਰਕੇ ਤੋਰਾਂਗੇ ਬਾਕੀ ਠੀਕ ਹੈ ਬਾਈ ਜੀ ਬਾਕੀ ਤੁਸੀਂ ਆਪਣੇ ਦੇਖ ਹੀ ਲਏ 12 ਇੰਚੀ 15 ਇੰਚੀ 18 ਇੰਚੀ ਜਿਸ ਤਰ੍ਹਾਂ ਕਸਟਮਰ ਕਹੂਗਾ ਦੋ ਬੇਸਾ ਜੇ 15 ਇੰਚ ਦੋ ਬੇਸਾ 9 ਸਪੀਕਰ ਵਾਲੇ ਭਾਅ ਜੀ ਡਿਸਪੋਜਲ ਪੈਟੀ 13,500 ਦੀ ਬ੍ਰਾਂਡ ਰਹਿਣੀ 17,500 ਦੀ ਠੀਕ ਹੈ ਜੀ ਉਸ ਤੋਂ ਇਲਾਵਾ 15 ਇੰਚੀ 3 ਬੇਸਾ 11 ਸਪੀਕਰ ਦਾ ਡੇਟਾ ਵੀਰ ਜੀ 22,000 ਰੁਪਏ ਡਿਸਪੋਜਲ ਲਵਾਂਗੇ 18,000 ਰੁਪਏ ਦਾ ਡੇਟਾ 3 ਬੇਸਾ ਨਾਲ 9 ਸਪੀਕਰ ਲਾ ਲਓ ਤਾਂ 21,500 ਦਾ ਰੇਟ ਹੈ 4 ਬੂਫਰ ਲਵਾਉਂਗੇ 15 ਇੰਚ 16 ਸਪੀਕਰ ਲਵਾਉਂਗੇ ਵੀਰ ਜੀ ਫਿਰ ਆਪਾਂ ਐਂਡ ਕਰ ਦਾਂਗੇ ਨੈੱਟ ਵਿੱਟ 26,000-27,000 'ਚ ਐਂਡ ਜੇ 4 ਬੇਸਾਂ ਨਾਲ 16 ਸਪੀਕਰ ਲਾਵਾਂਗੇ 29,000 'ਚ ਆਪਾਂ ਐਂਡ ਕਰ ਦਾਂਗੇ ਬਾਈ ਜੀ ਠੀਕ ਹੈ ਸਮਥਿੰਗ ਐਂਪ 'ਤੇ ਮੈਟਰ ਕਰਦਾ ਵੀ ਤੁਸੀਂ 8 ਚੈਨਲ ਲੈਣਾ ਕਿ 6 ਚੈਨਲ ਲੈਣਾ ਜੇ ਤੁਸੀਂ 4 ਚੈਨਲ ਲੈਣਾ ਤਾਂ 4 ਚੈਨਲ ਕਹਿ ਕੇ ਦੇਵਾਂਗੇ 8 ਚੈਨਲ ਲੈਣਾ ਤਾਂ ਤੁਹਾਨੂੰ 8 ਚੈਨਲ ਕਹਿ ਕੇ ਦੇਵਾਂਗੇ 6 ਚੈਨਲ ਲੈਣਾ 6 ਚੈਨਲ ਕਹਿ ਕੇ ਦੇਵਾਂਗੇ 8 ਚੈਨਲ ਲੈਣਾ ਤੁਹਾਨੂੰ 8 ਚੈਨਲ ਵੀ ਕਹਿ ਕੇ ਦੇਵਾਂਗੇ 8 ਚੈਨਲ ਆਪਣੇ ਕੋਲ ਨੀਚੇ ਪੈਣ ਸਾਰੇ ਆਪਣੇ ਕੋਲ ਬ੍ਰਾਂਡ ਸਾਰੇ ਨੇ ਜਿਵੇਂ RDX ਹੋ ਗਿਆ ਸਾਡਾ RDX ਦਾ ਹੋ ਗਿਆ ਠੀਕ ਹੈ ਜੀ ਆਪਣੇ ਖੁਦ ਦੇ ਦਰ ਕੀਤੇ ਹੋਏ ਡੈੱਕ ਆ ਬਾਈ ਜੀ 1 ਸਾਲ ਦੀ ਫੁੱਲ ਗਰੰਟੀ ਚੱਕਾਂਗੇ ਤੁਸੀਂ ਗੇੜਾ ਮਾਰੋ ਬੈਸਟ ਆਫ ਰੇਟ ਹੈ ਵੀਰ ਜੀ ਐਂਡ ਕੁਆਲਿਟੀ ਹੈ ਤਸੱਲੀ ਕਰਾ ਕੇ ਦਿਵਾਓ ਵੀਰ ਜੀ ਜਿਹੜਾ ਆਪਣਾ ਐਡਰੈਸ ਹੈ ਜੀ ਉਹ ਆਪਣੀ ਪੈਂਦੀ ਹੈ ਫਿਸ਼ ਮਾਰਕੀਟ ਇਹ ਵੀਰ ਜੀ ਤੁਸੀਂ ਬੱਸ ਸਟੈਂਡ ਤੇ ਆ ਜਿਓ ਵੀਰ ਜੀ ਭਾਵੇਂ ਗੋਲ ਡਿੱਗੀ ਦੇ ਨੇੜੇ ਅੱਧਾ ਕਿਲੋਮੀਟਰ ਤੇ ਰਹਿ ਜਾਂਦੀ ਹੈ ਸਟੇਸ਼ਨ ਦੇ ਬੈਕ ਸਾਈਡ ਆਪਣੀਆਂ ਦੋ ਦੁਕਾਨਾਂ ਇਕੱਠੀਆਂ ਨੇ ਸ਼ਾਪ ਨੰਬਰ 23 ਤੇ ਸ਼ਾਪ ਨੰਬਰ 24 ਬਾਹਰ ਬੋਰਡ ਦਾ ਫੋਟੋ ਲੱਗੀ ਹੋਈ ਹੈ ਸੋਨੀ ਇਲੈਕਟ੍ਰੋਨਿਕ ਸ਼ਾਪ ਨੰਬਰ 23 ਤੇ ਸ਼ਾਪ ਨੰਬਰ 24 ਨੀਅਰ ਭਾਜੀ ਕਾਂਗਰਸ ਭਵਨ ਹੈ ਓਪੋਜ਼ਿਟ ਰੇਲਵੇ ਸਟੇਸ਼ਨ ਹੈ ਤੇ ਤੁਸੀਂ ਮੈਨੂੰ ਫੋਨ ਮਾਰੋ ਵੀਰ ਜੀ ਆਇਆਂ ਨੂੰ ਬਠਿੰਡਾ ਹਾਂ ਮੋਸਟ ਵੈਲਕਮ ਫੋਰ ਬਠਿੰਡਾ ਪੰਜਾਬ ਇੰਡੀਆ ਬਠਿੰਡਾ ਪੰਜਾਬ ਫੋਰ ਇੰਡੀਆ ਤੇ ਵੀਰ ਜੀ ਕਿਤੋਂ ਵੀ ਤੁਸੀਂ ਮੰਨ ਕੇ ਚਲੋ ਤੁਸੀਂ ਆਊਟਡੋਰ ਹੋ ਇਨਡੋਰ ਤੁਸੀਂ ਮੈਨੂੰ ਫੋਨ ਮਾਰੋ ਅਸੀਂ ਆਨਲਾਈਨ ਡਿਲੀਵਰੀ ਵੀ ਕਰਾ ਦਿੰਦੇ ਹਾਂ ਭਾਵੇਂ ਤੁਸੀਂ ਹੋਮ ਡਿਲੀਵਰ ਕਰਾਣੀ ਹੈ ਆਊਟ ਏਰੀਆ ਜਿਵੇਂ ਫਰਾਂਸ ਨਾਲ ਕਿਤੇ ਵੀ ਕੰਟਰੀ 'ਚ ਬੈਠੋ ਅਸੀਂ ਭੇਜ ਵੀ ਦੇਵਾਂਗੇ ਕੋਈ ਫਰਾਂਸ ਇਟਲੀ ਵਗੈਰਾ ਸਾਰੇ ਪਾਸੇ ਵੀਰ ਜੋ ਕਸਟਮਰ ਮਾਨ ਨਹੀਂ ਕਰਦੇ ਮੈਂ NRI ਲੋਕ ਨੇ ਮਾਨ ਜਿਵੇਂ ਜਲੰਧਰ ਬੈਠੇ ਆ ਜਾਂ ਮੋਗਾ ਬੈਕ ਵੇਡੀ ਜਿਵੇਂ ਮਾਨ ਨਹੀਂ ਕਰਦੇ ਮੋਗਾ ਹੋ ਗਿਆ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਇਹ ਮਾਨ ਨਹੀਂ ਕਰਦੇ ਜਲੰਧਰ ਬੇਟੀ ਮੰਗਾ ਲਈ ਉਹਨਾਂ ਨੇ ਕਿਹਾ ਉਹਨਾਂ ਦਾ ਖਰਚਾ ਜਿੰਨਾ ਵੀ ਉਹ ਮੈਟਰ ਕਰਦੇ ਜੋ ਖਰਚਾ ਵੀ ਇਸ ਤੇ ਵੀ ਜਿੰਨਾ ਕੋਰੀਅਰ ਚਾਰਜ ਲੱਗੂਗਾ ਜੋ ਵੀ ਸ਼ਿਪਿੰਗ ਚਾਰਜ ਲੱਗੂਗੀ ਉਹ ਉਹਨਾਂ ਦੀ ਹੈ ਠੀਕ ਹੈ ਜੀ ਤੇ ਜੈਰੇਟਾ ਦੇ ਵਿੱਚ ਵੀ ਕੰਮ ਹੈ ਕਿਤੇ ਵੀ ਭਿਜਵਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਯੂਅਰ ਪਾਰਸਲ ਸੇਫ ਐਂਡ ਸਿਕਿਉਰ ਯੂਅਰ ਹੈਂਡ ਟੂ ਪਿਕ ਪੂਰੀ ਸੇਫਟੀ ਨਾਲ ਬਾਈ ਜੀ ਮਾਲ ਜਾਊਗਾ ਮਾਲ ਭੇਜਣ ਦੀ ਜ਼ਿੰਮੇਵਾਰੀ ਸਾਡੀ ਹੈ ਟੁੱਟਣ ਤੱਕ ਦੀ ਜ਼ਿੰਮੇਵਾਰੀ ਸਾਡੀ ਹੈ ਪੂਰਾ ਸੇਫ ਐਂਡ ਸਿਕਿਉਰ ਹੋ ਕੇ ਮਾਲ ਜਾਂਦਾ ਜਦੋਂ ਮਰਜ਼ੀ ਜੀ ਆਇਆਂ ਨੂੰ ਫੋਨ ਲਾਓ ਸੱਲੀ ਕਰਾ ਕੇ ਦੇਵਾਂਗੇ ਬਾਈ ਜੀ ਠੀਕ ਹੈ ਤੇ ਬਾਕੀ ਆਪਣਾ ਜਿਹੜਾ ਮੋਬਾਈਲ ਨੰਬਰ ਹੈ ਬਾਈ ਜੀ ਤੁਸੀਂ ਉਹ ਨੋਟ ਕਰ ਸਕਦੇ ਹੋ 7888-18603 78883 15603 ਬਾਈ ਜੀ ਬਾਕੀ ਸਕਰੀਨ 'ਤੇ ਨੰਬਰ ਚੱਲੀ ਜਾਂਦਾ ਇੱਕ ਵੱਡੇ ਵੀਰ ਦਾ ਨੰਬਰ ਤੁਸੀਂ ਉਹ ਵੀ ਨੋਟ ਕਰ ਸਕਦੇ ਹੋ ਮੇਰਾ ਨਾਮ ਵੀਰ ਜੀ ਸਾਹਿਲ ਸੋਨੀ ਹੈ ਵੀਰ ਦਾ ਨਾਮ ਪੰਕਜ ਸੋਨੀ ਹੈ ਜਿਹੜਾ ਮੇਨ ਜੀ ਸਾਡਾ ਜਿਹੜਾ ਮੈਟਰ ਨੇਮ ਵੀਰ ਜੀ ਹੈਗਾ ਸਾਹਿਲ ਇੰਸਾ 7888-18603 ਵੀਰ ਦਾ ਨਾਮ ਪੰਕਜ ਇੰਸਾ ਹੈ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ 9041-851245 9048-51245 ਵੀਰ ਜੀ ਕੋਲ ਮੀ ਬੈਕ ਠੀਕ ਹੈ ਵੀਰ ਜੀ ਜੀ ਆਇਆਂ ਨੂੰ ਸ਼ੋਪ 'ਤੇ ਵਿਜਿਟ ਕਰੋ ਮਾਣ ਕਰਾਂਗੇ ਥੱਲੇ ਕਰਾ ਕੇ ਤੋਰਾਂਗੇ ਬਾਈ ਜੀ ਬਾਕੀ ਮੋਸਟ ਵੈਲਕਮ ਠੀਕ ਹੈ ਜੀ ਤੁਸੀਂ ਦੇਖ ਹੀ ਲਿਆ ਆਪਣਾ ਜਿਹੜਾ ਮੇਨ ਐਡਰੈਸ ਨੇ ਜਿਹੜਾ ਕੰਦੇ ਵਿੱਚ ਗੋਲ ਲੱਗੀ ਜਾ ਕੇ ਜਦੋਂ ਮਰਜ਼ੀ ਕੋਲ ਮੀ ਬੈਕ ਥੋੜਾ ਹਿੱਲਾ ਕਰਕੇ ਦੇ ਵੀਡੀਓ ਕਾਲ 'ਤੇ ਦਿਖਾ ਦੂੰਗੀ ਸਿਸਟਮ ਵੀਰ ਜੀ ਸਾਨੂੰ ਵੀਡੀਓ ਕਾਲ 'ਤੇ ਦਿਖਾ ਰਹੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮੇਨ ਬਾਹਰ ਦਾ ਆਪਣਾ ਬੋਰਡ ਦਾ ਲੋਗੋ ਲੱਗਿਆ ਤੁਹਾਨੂੰ ਮੇਨ ਥੰਬਲ ਆ ਜਾਏਗੀ ਬਾਹਰ ਲੋਗੋ ਲੱਗਿਆ ਹੋਇਆ ਬੋਰਡ ਦੇਖ ਕੇ ਐਂਟਰ ਕਰੋ ਵੀਰ ਜੀ ਆਪਣੀਆਂ ਦੋ ਸੋਨੀ ਇਲੈਕਟ੍ਰੋਨਿਕ ਸੋਨੀ ਇਲੈਕਟ੍ਰੋਨਿਕ ਸ਼ਾਪ ਨੰਬਰ 2324 ਹੈ ਬਾਹਰ ਬੋਰਡ ਦਾ ਬਕਾਇਦਾ ਪੇਟੀ ਦੀ ਫੋਟੋ ਬਣੀ ਹੋਈ ਹੈ ਦੋ ਦੁਕਾਨਾਂ ਪੂਰਾ ਵੱਡੀ ਦੁਕਾਨ ਹੈ ਵੀਰ ਜੀ ਜੀ ਆਇਆਂ ਨੂੰ ਆਓ ਸਾਹਮਣੇ ਕਾਂਗਰਸ ਭਵਨ ਹੈ ਸੱਲੀ ਕਰਾ ਕੇ ਦੇ ਠੀਕ ਹੈ ਜੀ ਲਓ ਜੀ ਜਾਂਦੇ ਜਾਂਦੇ ਫਿਰ ਕਰ ਦਿਓ ਸਬਸਕ੍ਰਾਈਬ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨਾਲੋਂ ਵੱਡੀ ਗੱਲ ਇੱਕ ਹੋਰ ਹੈ ਕਿ ਜਿੰਨੇ ਮੇਰੇ ਵੀਰ ਭਰਾ ਨੇ ਕੀ ਤਾਂ ਵੀਡੀਓ ਦੇਖ ਰਹੇ ਨੇ MP ਆਪਾਂ ਮਾਨ ਨਹੀਂ ਕਰਦੇ MP ਇੰਡੋਰ ਗਵਾਲੀਅਰ ਸ਼ਿਵਪੁਰੀ ਸ਼ੋਜਪੁਰੀ ਸਾਰੇ ਪਾਸੇ ਆਪਣਾ ਮਾਲ ਜਾ ਰਿਹਾ MP ਹੋ ਗਿਆ ਮਹਾਰਾਸ਼ਟਰ ਹੋ ਗਿਆ ਗੁਜਰਾਤ ਹੋ ਗਿਆ ਰਾਜਸਥਾਨ ਹਰਿਆਣਾ ਆਲ ਅਬਾਊਟ ਜਿੰਨੇ ਵੀ ਮਹਾਰਾਸ਼ਟਰ ਦੇ ਏਰੀਆ ਨੇ ਸਾਰੇ ਆਪਣੇ ਕੋਲ ਮਾਲ ਜਾ ਰਿਹਾ ਵੀਰ ਜੀ ਅਤੇ ਕੋਈ ਜੀ ਆਉਣ ਵੇਲੇ ਜਿੰਨੀ ਵੀਡੀਓ ਦੱਬ ਕੇ ਸ਼ੇਅਰ ਕਰੋਗੇ ਜਿਹੜਾ ਬੰਦਾ ਸ਼ੇਅਰ ਕਰਕੇ ਵੀਡੀਓ ਆਊਗਾ ਬਾਈ ਜੀ ਤਾਂ ਵੀ ਦਿਲੋਂ ਆਪਾਂ ਰੇਟ ਜਮਾਂ ਜਾਇਜ਼ ਲਾਵਾਂਗੇ ਡਿਸਕਾਊਂਟ ਕਰ ਦੋਗੇ ਜਿਹੜਾ ਸ਼ੇਅਰ ਕਰੋਗੇ ਜੀ ਫੁੱਲ ਡਿਸਕਾਊਂਟ ਪੈਸਿਆਂ ਦੀ ਗੱਲ ਹੀ ਨਹੀਂ ਸਾਰਿਆਂ ਨਾਲ ਵੱਡੀ ਗੱਲ ਕੁਆਲਿਟੀ ਦੀ ਹੈ ਬਾਈ ਜੀ ਮਾਣ ਕਰਕੇ ਤੋਰਾਂਗੇ ਜਿਵੇਂ ਗਾਹਕ ਉਹ ਪਉਵੇਂ ਕਰਾਂਗੇ ਠੀਕ ਹੈ ਗਾਹਕ ਨੂੰ ਕੋਲੇ ਭਾਲਾਂਗੇ ਸਾਂਝੇ ਰਾਜ ਕਰਕੇ ਤੋਰਾਂਗੇ ਲਓ ਜੀ ਜਿਵੇਂ ਗਾਹਕ ਜਿਵੇਂ ਕਸਟਮਰ ਆਪਣੇ ਵਿਊਅਰਸ ਕਹਿਣਗੇ ਉਵੇਂ ਹੀ ਕਰਨਾ ਹੈ ਜਿਵੇਂ ਬਾਈ ਜੀ ਕਸਟਮਰ ਕਹਿਣਗੇ ਆਪਾਂ ਉਵੇਂ ਹੀ ਕਰਨਾ ਹੈ ਗਾਹਕ ਨੂੰ ਕੋਲੇ ਤਾਂ ਕਿ ਆਪਾਂ ਸਮਾਨ ਤਿਆਰ ਕਰਨਾ ਹੈ ਠੀਕ ਹੈ ਜੀ ਜਿੱਦਾਂ ਬ੍ਰਾਂਡ ਕਸਟਮਰ ਕਹੂ RDS ਪਾਣਾ RDS ਪਾ ਦਾਂਗੇ SS ਕਹੋਗੇ SS ਪਾ ਦਾਂਗੇ ਮਿੱਤੂ ਕਹੋਗੇ ਮਿੱਤੂ ਪਾ ਦਾਂਗੇ ਸਾਰੇ ਬ੍ਰਾਂਡ ਨੇ ਜਿਹੜਾ ਬੈਸਟ ਹੈ ਉਹ RDS ਬਰਨਾਲੇ ਦਿਖ ਰਿਹਾ ਕਿਉਂਕਿ ਉਹਦੀ ਬਿਲ ਕੁਆਲਿਟੀ ਬਹੁਤ ਵਧੀਆ ਹੈ ਡਿਜ਼ਾਈਨਿੰਗ ਵਗੈਰਾ ਦੇ ਆ ਜੋ ਜਿਵੇਂ ਮੰਨ ਕੇ ਚਲੋ ਆ ਰਿੰਗ ਵਗੈਰਾ ਦੇਖ ਲਓ ਤੁਸੀਂ ਆਪ ਹੀ ਦੇਖ ਲਓ ਵੀ ਤੁਹਾਡੇ ਸਾਹਮਣੇ ਹੈ ਬਕਾਇਦਾ ਇਹਦੀ ਕੰਪਨੀ ਦੀ ਫਿਸ਼ਿੰਗ ਵਗੈਰਾ ਅਲਟੀਮੇਟ ਹੈ ਤੁਸੀਂ ਬਾਕੀ ਬੇਸ ਸੁਣੋਗੇ ਬਾਈ ਜੀ 1 ਸਾਲ ਦੀ ਉਹਦੀ ਫੁੱਲ ਗਾਰੰਟੀ ਹੈ ਉਫਰ ਮੱਚ ਗਿਆ ਸੜ ਗਿਆ ਬਾਈ ਜੀ ਉਫਰ ਨਾਮਾ ਠੀਕ ਹੈ ਜੀ ਠੀਕ ਹੈ ਬਾਈ ਜੀ ਲਓ ਜੀ ਗਾਰੰਟੀ ਵੀਰ ਨੇ ਫੁੱਲ ਦੇਤੀ ਜਾਂਦਾ ਜਾਂਦਾ ਠੀਕ ਹੈ ਬਾਈ ਸ਼ੇਅਰ ਕਰ ਦਿਓ ਚੈਨਲ ਮੇਰੇ ਵੀਰ ਦਾ ਸਬਸਕ੍ਰਾਈਬ ਕਰ ਦਿਓ ਠੀਕ ਹੈ ਲਾਈਕ ਕਰ ਦਿਓ ਵਿਊ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ